ਬੱਚਾ ਦਾ ਕੀ ਕਰਨਾ ਅੰਦਰ ਜੀ? ਇਹਦਾ ਤਾਂ ਮੈਨੂੰ ਸਮਝ ਆ ਗਿਆ, ਤੇਰਾ ਬੇਟਾ ਕੀ ਕੇਸ ਆ ਬਈ? ਅੰਦਰ ਜੀ, ਕਿਹਦੇ ਅੰਦਰ? ਕਰ ਦੋ ਹੋਰ ਪੁੱਤਰ, ਤੈਨੂੰ ਇਸ ਤੋਂ ਜ਼ਿਆਦਾ ਅੰਦਰ ਕੀ ਕਰਾਂ ਮੈਨੂੰ ਦੱਸ, ਹੁਣ ਤੈਨੂੰ ਮੈਂ ਚੂਹੇ ਦੀ ਬਿੱਲ ਚ ਵੀ ਪਾ ਦਵਾਂ? ਨਹੀਂ ਉਹ ਕਿਰਚਾਂ, ਕਿਰਚਾਂ ਨੂੰ ਅੰਦਰ ਕਰ ਦੋ। ਉਹਦੇ ਨਾਲ ਕੀ ਹੋਣਾ? ਉਹ ਜਿਹੜਾ ਆਇਆ ਕਿਰਚਾਂ, ਉਹ ਤੇ ਜੇ ਮੈਂ ਉਹਨੂੰ ਅੰਦਰ ਭੇਜਦਾ ਫਿਰ ਕੀ ਹੋਣਾ? ਆਪਾਂ ਦੋਨੋਂ ਖੇਡ ਲਾਏ, ਮਤਲਬ ਉਹੀ ਤੈਨੂੰ ਬਦਮਾਸ਼ ਹੀ ਯਾਰ ਦੋਸਤ ਲੱਭਦੇ ਮਰ ਜਾਣੇ ਲੂਡੋ ਤੇ ਤੇਰੇ ਸਾਰੇ ਬੰਦੇ ਮਾਰ। ਤਾਂ ਜੇ ਕਿਰਚਾਂ ਚਲਾ ਕੇ ਨਾ, ਕਿਰਚਾਂ ਚਲਾ ਕੇ ਗੱਲ ਕਰੋ। ਉਹ ਹੈਲੋ ਕਿਰਚ, ਪੁੱਤਰ ਤੇਰੇ ਵਰਗੇ ਨਾ ਮੈਂ ਜਿਪਸੀ ਦੇ ਪਿੱਛੇ ਤਰੀੜਦਾ ਲੈ ਕੇ ਆਉਣਾ ਹੁੰਦਾ। ਤੁਸੀਂ ਕਿਰਚ ਚਲਾਈ ਲੈਂਦੇ? ਤਿੰਨ ਚਾਰ ਕਿਲੋ ਅੰਬ ਢੁਕਣੇ ਢੁਕੀ ਜਾਣਗੇ? ਚਾਰ ਪਾਣੀ ਜੇ ਚਾਰ ਪਾਣੇ ਉਸਤਾਦ, ਅਸੀਂ ਅੱਠ ਪਾ ਦੇਵਾਂਗੇ, ਤੁਸੀਂ ਗੱਲ ਕਿਹੜੀ ਕਰਦੇ ਆ? ਮੈਂ ਤੇਰੇ ਦੰਦਲ ਪਾ ਦੇਣੇ, ਤੂੰ ਅੱਠ ਕਿਹੜੇ ਹਿਸਾਬ ਨਾਲ ਪਾ ਦੇ? ਦੰਦਲ ਕਿੱਦਾਂ ਪਾ ਦੇਣੀ ਉਸਤਾਦ, ਮੇਰੇ ਕੋਲ ਤੇ ਚਮਚਾ ਵੀ ਹੈ ਨਹੀਂ ਕੱਢਣ ਨੂੰ, ਮੇਰੇ ਕੋਲ ਜੁੱਤੀ ਆ ਸੰਘਾਰ ਨੂੰ, ਉਹਦੇ ਨਾਲ ਛੇਤੀ ਨਿਕਲ ਜਾਂਦੀ। ਮੇਰੀ ਜੁੱਤੀ ਲਵਾਈ ਦੋ, ਉਹ ਲਈ ਗਏ ਚੱਕੀ ਗਏ, ਇਹਦੇ ਦਿਮਾਗ ਹੀ ਲੈ ਉਸਤਾਦ, ਪੈਰਾਂ 'ਚ ਤਾਂ ਕੁਛ ਪਾਇਆ ਹੀ ਨਹੀਂ ਦੇਖੋ। ਉਹ ਇੱਕ ਮਿੰਟ, ਉਹ ਇੱਕ ਮਿੰਟ, ਇਹ ਪੈਰ ਉਹੀ ਪੈਰ ਨਹੀਂ ਜਿਹਨੂੰ ਬੰਦਾ ਕਹਿੰਦਾ ਸਾਡੇ ਘਰ ਕਦੀ ਪੈਰ ਨਾ ਪਾਈ? ਲੱਗੀ ਤੇ ਤੂੰ ਹੁਣ ਕੀ ਕਹਿਣਾ ਹੈ ਯਾਰ? ਜਾਣਾ ਤਾਂ ਬਾਈ ਨੂੰ ਜਾਣਾ, ਛੱਬੀ ਨੂੰ ਆਉਣਾ ਨੀ, ਜਾਣਾ ਹੀ ਨਹੀਂ। ਛੱਬੀ ਨੂੰ ਗਿਆ ਸੀ ਤੇ ਤੀਹ ਨੂੰ ਆਇਆ ਸੀ, ਹੁਣ ਬਾਈ ਨੂੰ ਜਾਣ ਡਿਆ, ਛੱਬੀ ਨੂੰ ਆਣ। ਤੂੰ ਚਾਹਨਾ ਕੀ? ਤੂੰ ਜਾਣਾ ਟੂਰ ਬਣਾ ਕੇ ਜਾਣਾ ਕਿਤੇ? ਬਾਬਾ ਜਾਣਾ ਤਾਂ ਜਾਣਾ, ਨਹੀਂ ਜਾਣਾ ਤਾਂ ਨਹੀਂ। ਬਹੁਤ ਅੱਛੇ, ਉਹਦੇ ਨਾਲ ਬਾਬਾ ਤੂੰ ਵੀ ਸ਼ੁਰੂ ਹੋ ਗਏ। ਸਾਡੇ ਬਾਬਾ ਤਾਂ ਕਹਿੰਦੇ ਜੇ ਇੱਜ਼ਤ ਕਰਦੇ। ਅੱਛਾ ਅੱਛਾ, ਉਹਦਾ ਬਾਬਾ, ਉਹਦਾ ਬਾਬਾ ਪਿਓ ਉਸਮਾਨ, ਇਹਦਾ ਮਤਲਬ ਸਿੱਧਾ ਪਿਓ ਹੀ ਕਹਿ ਲਾ। ਉਹ ਨਹੀਂ ਕਹਿਣਾ ਆਉਣ, ਅਸਾਂ ਲੱਖ ਦਲਾਤ ਪੁੱਤਰ ਤਰਤੇ, ਇਹ ਸਮਝ ਆਇਆ ਜੀ? ਹਾਂ, ਇਹ ਆਉਣਾ ਵੀ ਹੈ ਕਿਉਂਕਿ ਹੈ ਵੀ ਪੰਜਾਬੀ ਜੀ। ਉਸਤਾਦ ਜੀ ਹਰ ਵਾਰੀ ਬੋਲ ਪੈਂਦਾ ਹੈਰੀ ਪੋਟਰ ਦਾ ਸੱਪ। ਤੂੰ ਵੀ ਹਰ ਵਾਰੀ ਬੋਲ ਲਾ, ਤੂੰ ਵੀ ਤਾਂ ਕਿਰਚੇ ਹੀ ਚਲਾਉਣ ਡਿਆ ਬਸ ਕਿਰਚਾ। ਬਾਬਾ ਤੇਰੇ ਵਰਗੇ ਬੰਦੇ ਮੈਂ ਗੰਢਿਆਂ ਤੇ ਰੱਖੇ ਆ। ਕਿੱਥੇ ਰੱਖੇ? ਗੰਢਿਆਂ ਤੇ। ਉਹ ਕੀ ਮਤਲਬ? ਭੁੱਕਾ ਕੱਢਣ ਲਈ। ਇਹਦਾ ਹਲਵਾਈ ਦਾ ਕੰਮ ਹੈ ਜੀ। ਤੇਰਾ ਹਲਵਾਈ ਦਾ ਕੰਮ? ਉਸਤਾਦ ਹਲਵਾਈ ਦਾ ਮੇਰੇ ਚਾਚੇ ਦਾ ਕੰਮ ਹੈ। ਅੱਛਾ, ਬਸ ਆਪਾਂ ਕਿਰਚਾਂ ਚਲਾਈ ਦੀਆਂ, ਕਿਰਚਾਂ। ਤੈਨੂੰ ਪਤਾ ਤੁਸੀਂ ਕਿਰਚ ਚਲਾਈ ਲੈਂਦੇ? ਆਹੋ, ਦੱਸ ਪਹਿਲੇ ਚਲਾ ਲੈਣਾ ਤੇ ਫਿਰ ਰਿਕਸ਼ਾ ਵੀ ਚਲਾਈ ਲੈਂਦੇ ਹੁਣੇ, ਉਹ ਚਲਾਈ ਲਓ। ਉਹ ਬਾਬਾ ਕਿਰਚੇ ਦਾ ਕੰਮ ਆਪਣਾ, ਕਿਰਚਾਂ ਦੇ ਪੈਰ ਪੈਰ ਲਵਾ ਦਿਓ। ਯਾਦ ਕਰਕੇ ਮਾਰਿਆ ਪੁੱਤਰ, ਹੁਣ ਕਿਰਚਾ ਨੀ, ਹੁਣ ਚਪੇੜਾ ਚੱਲਣਗੇ, ਸਮਝੋ ਜਾ, ਖਲੋ ਜਾ ਇੱਕ ਮਿੰਟ। ਹੈਲੋ, ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਕੈਲੀਫੋਰਨੀਆ ਤੋਂ ਆਸ਼ਾ ਬੋਲ ਰਹੀ ਹਾਂ ਜੀ। ਆਸ਼ਾ ਜੀ, ਕੀ ਹਾਲ ਚਾਲ ਹੈ ਜੀ? ਹਾਂਜੀ ਠੀਕ ਹੈ, ਤੁਸੀਂ ਸੁਣਾਓ ਜੀ? ਮੈਨੂੰ ਫੋਨ ਕੀਤੇ ਬਹੁਤ ਚਿਰ ਹੋ ਗਿਆ, ਮੈਂ ਉਦੋਂ ਸਰਜਰੀ ਕਰਾਈ ਸੀ ਨਾ, ਤੁਹਾਨੂੰ ਫੋਨ ਕੀਤਾ ਸੀਗਾ। ਹਾਂ ਹਾਂ ਹਾਂ, ਸਾਨੂੰ ਯਾਦ ਹੈ, ਯਾਦ ਹੈ, ਯਾਦ ਹੈ। ਮੈਮ ਕਿੱਦਾਂ, ਹਾਊਸ ਯੂਅਰ ਹੈਲਥ ਨਾਓ? ਹਾਂਜੀ ਹੁਣ ਠੀਕ ਆ, ਬਸ ਮੈਂ ਕਾਲ ਨਹੀਂ ਕੀਤੀ, ਮੈਂ ਤੁਹਾਡਾ ਫੋਨ ਦੇਖ ਕੇ ਬਹੁਤ ਖੁਸ਼ ਹੁੰਦੀ ਸੀ, ਮੇਰੀ ਤਬੀਅਤ ਹੁਣ ਬਹੁਤ ਠੀਕ ਆ। ਸ਼ੁਕਰ ਹੈ, ਸ਼ੁਕਰ, ਤੁਹਾਨੂੰ ਸਾਹ। ਹਾਂਜੀ, ਫੋਨ ਬਹੁਤ ਵਧੀਆ ਲੱਗਦਾ, ਬਸ ਤੁਹਾਡੇ ਸਾਰਿਆਂ ਦੀਆਂ ਕੋਲਾਂ ਆਉਂਦੀਆਂ ਸੀਗੀਆਂ, ਬਸ ਉਹਨਾਂ ਨੂੰ ਦੇਖ ਦੇਖ ਕੇ ਖੁਸ਼ ਹੁੰਦੀ ਸੀ। ਤੁਹਾਡਾ ਫੋਨ ਇੰਨਾ ਵਧੀਆ ਲੱਗਦਾ, ਪ੍ਰੋਗਰਾਮ ਹੁਣ ਇੰਨਾ ਵਧੀਆ ਲੱਗਦਾ, ਪਰਮਾਤਮਾ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ ਜੀ। ਉਹਨੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਸਾਰੇ ਸਾਨੂੰ ਵੀ ਪਰਮਾਤਮਾ ਨੇ ਮੌਕਾ ਦਿੱਤਾ ਕਿ ਤੁਹਾਡਾ ਉਸ ਟਾਈਮ ਤੇ ਅਸੀਂ ਤੁਹਾਡੀ ਉਸ ਤਰ੍ਹਾਂ ਸੇਵਾ ਕਰ ਦਿੱਤੀ ਹੈ, ਮਤਲਬ ਜਿਹੜੀ ਰੱਬ ਨੇ ਸਾਡੀ ਡਿਊਟੀ ਲਾਈ ਸੀ। ਹੋਰ ਕੀ ਪਾਲੀ ਭਾਜੀ, ਸਤਿ ਸ੍ਰੀ ਅਕਾਲ, ਬਹੁਤ ਵਧੀਆ ਲੱਗਦਾ ਤੁਹਾਨੂੰ ਦੇਖ ਕੇ। ਔਰ ਜਿਹੜਾ ਸਾਬੀ ਵੀਰ ਜੀ ਦਾ ਫੋਨ ਆਉਂਦਾ ਸੀ, ਮੈਂ ਬਹੁਤ ਖੁਸ਼ ਹੁੰਦੀ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ, ਸਾਬੀ ਭਾਜੀ ਦਾ, ਜਨਾ ਦਾ, ਸਾਰਾ ਕੁਛ ਹਨਾ। ਔਰ ਜਿਹੜੇ ਇਹਨਾਂ ਦੇ ਮਾਸੀ ਜੀ, ਭੂਆ ਜੀ ਦਾ ਫੋਨ ਆਉਂਦਾ ਹੁੰਦਾ ਸੀ, ਉਹ ਘੱਟ ਆਉਂਦਾ ਹੁਣ ਹਨਾ। ਫੋਨ ਚਾਹੇ ਘੱਟ ਆਣ, ਫੋਨ ਚਾਹੇ ਘੱਟ ਆਣ, ਬਸ ਤੁਹਾਡਾ ਪ੍ਰੋਗਰਾਮ ਚੱਲੀ ਜਾਵੇ, ਏਦਾਂ ਹੀ ਦੇਖੀ ਜਾਵਾਂ ਮੈਂ, ਬਹੁਤ ਚੰਗਾ ਲੱਗਦਾ ਮੈਨੂੰ, ਬਹੁਤ ਚੰਗਾ ਲੱਗਦਾ। ਔਰ ਆਪਣੀ ਸਿਹਤ ਦਾ ਖਿਆਲ ਰੱਖਣਾ ਜੀ ਤੁਸੀਂ।
ਔਰ ਸਾਡੇ ਲਈ ਕੋਈ ਸੇਵਾ ਹੋਣਾ ਤੇ ਜ਼ਰੂਰ ਦੱਸਣੀ। ਬਸ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡਾ ਪ੍ਰੋਗਰਾਮ ਦੇਖ ਕੇ ਮੈਂ ਖੁਸ਼ ਆ। ਮੈਨੂੰ ਆਖਿਆ ਕੀ ਆ? ਤੂੰ ਕੀ ਆਖਿਆ ਸੀ ਪਹਿਲੇ? ਮੈਂ ਨੀ ਸੁਣਿਆ। ਮੈਂ ਹੁਣ ਆਖਣਾ ਇਹਨੂੰ ਕੀ ਓਬਾਮੇ ਦੀ ਕੁਣੀ ਅਰਗਾ ਦਾ ਮੂੰਹ ਆ, ਮੈਨੂੰ ਦੱਸ ਜਾ ਬੇਲਣੇ ਕਿਹੜੇ ਪਿੰਡ ਦੀ ਤੂੰ। ਸਾਰੀਆਂ ਕਿਥੋਂ ਗੱਲਾਂ ਲੈ ਆਇਆ ਇਹੋ ਜਿਹੀਆਂ? ਚੱਕ ਲੈਂਦੇ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਮਹਾਰਾਜ? ਹੋਰ ਬਈ ਕੀ ਹਾਲ ਆ ਫਿਰ ਅੱਜ ਕੱਲ? ਠੀਕ ਹੈ ਰੰਧਾਵਾ ਸਾਹਿਬ? ਰੰਧਾਵਾ ਬੋਲਦਾ ਜੀ। ਓਹੋ ਹੋ ਬਈ, ਹੋਰ ਰੰਧਾਵੇ ਕਿੱਦਾਂ? ਠੀਕ ਨਹੀਂ, ਮੈਂ ਫਿਰ ਕੋਸਟੇਬਲ ਉਹ ਆ ਚ ਆ ਗਿਆ ਨਾ ਥੋੜਾ ਜਿਹਾ, ਫਿਰ ਅਫਸਰ ਵਾਲੇ ਚ, ਤਾਂ ਕਰਕੇ ਮੈਂ ਥੋੜਾ ਜਿਹਾ ਉਦਾਂ ਆ ਗਿਆ ਸੀ। ਹੋਰ ਜਨਾਬ ਕਿੱਦਾਂ? ਠੀਕ ਠਾਕ ਜੀ। ਮੈਂ ਠੀਕ ਆ ਵੀ, ਮੈਂ ਠੀਕ ਆ, ਤੁਸੀਂ ਸੁਣਾਓ ਕਿੱਦਾਂ? ਬਸ ਠੀਕ ਠਾਕ ਆ, ਮੈਂ ਇੰਡੀਆ ਗਿਆ ਸੀ। ਅੱਛਾ, ਬਟਨ ਕਿਹਨੇ ਦਿੱਤਾ? ਤੇ ਮੈਂ ਸ਼ੇਰ ਜੀ ਕਮਾ ਤਾਂ ਆਇਆ, ਉਦੋਂ ਆਪਣੀ ਭੈਣਾ ਜਿਹੜੀ ਲਵ ਯੂ ਵਨ ਸੀ, ਟੂ ਸੀ, ਹੁਣ ਫਿਰ ਤੈਨੂੰ ਪਤਾ ਲੱਗਣਾ ਅਸਲੀ ਗੱਲ ਕਰ ਰਹੇ। ਆਸ਼ੀਰਵਾਦ ਦਿੰਦੇ ਰਹੋ ਤੇ ਸ਼ੋਅ ਵੀ ਦੇਖਦੇ ਰਹੋ। ਥੈਂਕ ਯੂ ਸੋ ਮਚ। ਅਗਲੇ ਕਾਲਰ ਨਾਲ ਗੱਲ ਕਰਦੇ। ਹੈਲੋ ਮੈਂ ਗੱਲ ਨੀ ਸਮਝਿਆ ਜੀ, ਕੀ ਕਿਹਾ ਜੀ? ਨਹੀਂ, ਮੈਂ ਕਿਹਾ ਤੁਸੀਂ ਪਗੜੀ ਨਾ ਵਧੀਆ ਲਾਇਆ, ਤੁਸੀਂ ਕਹਿੰਦੇ ਸੀ ਸਾਦੀ ਡਰੈਸ ਪਾਲਵਾਂਗੇ, ਸਾਦੀਆਂ ਨਹੀਂ ਪਾਉਣੀਆਂ ਏਡੇ ਵਰਦੀਆਂ। ਅੱਛਾ ਅੱਛਾ ਅੱਛਾ, ਉਸ ਤਰ੍ਹਾਂ ਠੀਕ ਹੈ ਜੀ। ਇਹ ਗੱਲ ਠੀਕ ਹੈ ਜੀ, ਚਲੋ ਜੇ ਤੁਸੀਂ ਪਗੜੀ ਬੰਨੇ, ਪਗੜੀ ਬਹੁਤ ਵਧੀਆ ਲੱਗਦੀ ਹੈ। ਸ਼ੁਕਰੀਆ ਜੀ, ਸ਼ੁਕਰੀਆ। ਦਿੱਲੀ ਸਾਡੀ ਪੜੋਸੀ ਹੁੰਦੇ ਸੀ ਇੱਕ। ਅੱਛਾ ਜੀ, ਉਹ ਤੁਹਾਡੇ ਬੱਤਰੇ ਦੇ ਬੱਤਰੇ ਹੁੰਦੇ ਸੀ, ਪਗੜੀ ਬੰਨਦੇ ਸੀ ਉਹ। ਅਰੇ ਅਰੇ, ਵਾਹ ਜੀ ਵਾਹ, ਚਲੋ ਥੈਂਕ ਯੂ ਜੀ, ਥੈਂਕ ਯੂ ਸੋ ਮਚ ਆਂਟੀ, ਤੁਹਾਡਾ ਸੁਣਿਆ ਮੈਨੂੰ। ਹਾਂਜੀ, ਸ਼ੁਕਰੀਆ, ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ।